ਸੋ ਮੋਟੀਵੇਸ਼ਨਲ ਸਪੀਕਰ ਹੈ ਵਿਵੇਕ ਬਿੰਦਰਾ। ਮੈਂ ਵੀ ਕਾਫੀ ਵੀਡੀਓ ਪਹਿਲਾਂ ਵੇਖਦਾ ਹੁੰਦਾ ਸੀਗਾ ਉਹਦੀਆਂ, ਉਦੋਂ ਇੰਨਾ ਜ਼ਿਆਦਾ ਫੇਮਸ ਨਹੀਂ ਸੀ। ਮੇਰੇ ਕੁਝ ਦੋਸਤ ਜਿਹੜੇ ਕਿ ਬੜੇ ਤਗੜੇ ਬਿਜ਼ਨਸਮੈਨ ਕਹਿ ਲਓ, ਉਹ ਵੀ ਫੋਲੋ ਕਰਦੇ ਸੀਗੇ। ਕਾਫੀ ਸਿੱਖਿਆਵਾਂ, ਹਾਲਾਂਕਿ ਸਿੱਖਾਂ ਦੇ ਇੱਕ ਮਸਲੇ 'ਤੇ ਉਹਨੂੰ ਮਾਫੀ ਵੀ ਮੰਗਣੀ ਪਈ ਸੀ, ਬਹੁਤ ਗਲਤ ਕੀਤਾ ਸੀਗਾ ਉਸਨੇ। ਪਿੱਛੇ ਜੇ ਮਹੇਸ਼ਵਰੀ ਦੇ ਨਾਲ ਵੀ ਉਹਦਾ ਪੰਗਾ ਪਿਆ, ਪਹਿਲੀ ਪਤਨੀ ਦੇ ਨਾਲ ਵੀ ਉਹਦਾ ਝਗੜਾ ਚੱਲਦਾ ਪਿਆ। ਚਲੋ ਇਹ ਗੱਲਾਂ ਨਿੱਜੀ ਜ਼ਿੰਦਗੀ ਦੀਆਂ ਹੈਗੀਆਂ ਨੇ, ਪਰ ਇੱਕ ਹੋਰ FIR ਉਹਦੇ 'ਤੇ ਦਰਜ ਹੋਈ ਆ ਪਤਨੀ ਨੂੰ ਕੁੱਟਣ ਦੀ। ਦੱਸਦੇ ਕਿ ਪਤਨੀ ਦੇ ਕੰਨ ਦਾ ਪਰਦਾ ਵੀ ਫਟ ਗਿਆ, ਜ਼ੇਰੇ ਇਲਾਜ ਆ ਬੀਬੀ, ਅਤੇ ਦੱਸਦੇ ਆ ਕਿ ਬਹੁਤ ਬੁਰੀ ਤਰ੍ਹਾਂ ਟੁੱਟ ਚੁੱਕੀ ਆ। ਹਾਲੇ 6 ਤਰੀਕ ਨੂੰ ਉਹਦੀ ਸ਼ਾਦੀ ਹੋਈ ਸੀ, ਵਿਵੇਕ ਬਿੰਦਰਾ ਨਾਲ ਇਹਦੀ ਦੂਜੀ ਸ਼ਾਦੀ ਸੀਗੀ। ਅਤੇ ਇੱਕ ਵੀਡੀਓ, ਵੈਸੇ ਤਾਂ ਮੈਂ ਇਹ ਖਬਰ ਨਹੀਂ ਕਰਨੀ ਚਾਹੁੰਦਾ, ਕਿਉਂਕਿ ਜਦੋਂ ਤੱਕ ਦੂਸਰਾ ਪੱਖ ਸਾਹਮਣੇ ਨਾ ਆਵੇ, ਕਿਉਂਕਿ ਵਿਆਹੁਤਾ ਜ਼ਿੰਦਗੀ 'ਚ ਤੁਹਾਨੂੰ ਪਤਾ ਜਦੋਂ ਨਾਰਾਜ਼ਗੀ ਹੁੰਦੀ ਤਾਂ ਕਈ ਵਾਰ ਇਸ ਤਰ੍ਹਾਂ ਦੇ ਮਾਮਲੇ ਮੁਕੱਦਮੇ ਜਿਹੜੇ ਉਹ ਤਰ੍ਹਾਂ ਵੀ ਦਰਜ ਕਰਵਾ ਦਿੱਤੇ ਜਾਂਦੇ ਆ। ਅਤੇ ਹੁਣ ਹੋਇਆ ਇਹ ਆ ਕਿ ਉਹਦੇ 'ਤੇ ਪਰਚਾ ਦਰਜ ਹੋਇਆ ਇਸ ਕਰਕੇ ਕਿਉਂਕਿ ਇੱਕ ਫੁਟੇਜ ਨਿਕਲ ਆਈ ਜਿੱਥੇ ਉਹ ਆਪਣੀ ਬੀਵੀ ਨੂੰ ਕੁੱਟ ਮਾਰ ਰਿਹਾ। ਤਾਂ ਜਿਸ ਬੰਦੇ ਨੂੰ ਕਰੋੜਾਂ ਲੋਕ ਯਾਰ ਫੋਲੋ ਕਰਦੇ ਹੋਣ, ਜਿਸ ਬੰਦੇ ਨੂੰ ਇੰਨਾ ਪੈਸਾ, ਇੰਨਾ ਪਿਆਰ ਲੋਕ ਦਿੰਦੇ ਹੋਣ, ਅਤੇ ਆਹ ਮੈਸੇਜ ਲੋਕਾਂ ਵਿੱਚ ਕਿਹੋ ਜਿਹਾ ਗਿਆ, ਜੇਕਰ ਯਾਰ ਤੁਹਾਡੀ ਨਹੀਂ ਬਣਦੀ ਜਿੱਦਾਂ ਤੂੰ ਪਹਿਲੀ ਬੀਵੀ ਨੂੰ ਮਤਲਬ ਕਿ ਛੱਡਿਆ ਇੱਕ ਤਰ੍ਹਾਂ ਨਾਲ, ਤਾਂ ਦੂਸਰੀ ਨਾਲ ਵੀ ਜੇ ਕੋਈ ਅਣਬਣ ਹੈ ਤਾਂ ਬੈਠ ਕੇ ਨਜਿੱਠ ਲਓ, ਨਿਬੇੜ ਲਓ। ਔਰਤ ਨੂੰ ਜੇ ਤੁਹਾਡੇ ਵਰਗੇ ਲੋਕ ਇਸ ਤਰ੍ਹਾਂ ਕੁੱਟਣਗੇ ਯਾਰ, ਤਾਂ ਕੀ ਲੋਕਾਂ ਨੂੰ ਸਮਝਾਓਗੇ? ਹਾਲਾਂਕਿ ਮੈਂ ਮੰਨਦਾ ਘਰਾਂ 'ਚ ਇਸ ਤਰ੍ਹਾਂ ਦੇ ਹਾਲਾਤ ਕਈ ਵਾਰ ਪੈਦਾ ਹੋ ਜਾਂਦੇ ਆ ਕਿ ਬੰਦੇ ਦਾ ਜਿਹੜਾ, ਕਿਉਂਕਿ ਹੈ ਤਾਂ ਬੰਦਾ ਹੀ ਆ ਨਾ, ਆਪਾਂ ਕਿਹੜਾ ਕੋਈ ਦੇਵਤੇ ਹਾਂ, ਬੰਦੇ ਦਾ ਜਿਹੜਾ ਆਪਣੇ ਆਪ 'ਤੇ ਕਈ ਵਾਰ ਕੰਟਰੋਲ ਨਹੀਂ ਰਹਿੰਦਾ, ਪਰ ਤੁਹਾਨੂੰ ਆਪਣਾ ਗੁੱਸਾ ਅਤੇ ਅਪਮਾਨ ਪੀਣਾ ਆਉਣਾ ਚਾਹੀਦਾ ਜ਼ਰੂਰ, ਤਾਂ ਆਓ ਤੁਸੀਂ ਮੋਟੀਵੇਸ਼ਨਲ ਸਪੀਕਰ। ਹਾਲਾਂਕਿ ਅਸੀਂ ਵੀ ਇੰਨੇ ਉਹ ਇਸ ਮਾਮਲੇ ਦੇ ਵਿੱਚ, ਮੈਂ ਆਪਣੇ ਆਪ ਨੂੰ ਕਹਿੰਦਾ ਕਿ ਇੰਨੇ ਤਾਂ ਨਹੀਂ, ਪਰ ਕੋਸ਼ਿਸ਼ ਕਰੀ ਦੀ ਹੈ ਕਿ ਅਪਮਾਨ ਪੀਣਾ ਆ ਜਾਵੇ। ਮੈਂ ਤਾਂ ਅਜੇ ਕੱਲ੍ਹ ਵੀ ਆਪਦਾ ਅਪਮਾਨ ਪੀਤਾ, ਬੜਾ ਰੱਜ ਕੇ ਪੀਤਾ, ਅਤੇ ਮਜ਼ਾ ਵੀ ਆਇਆ ਉਸ ਅਪਮਾਨ ਨੂੰ ਹਜ਼ਮ ਕਰਨ 'ਚ। ਇਹ ਚੀਜ਼ਾਂ ਹੁੰਦੀਆਂ ਨੇ ਕਿ ਇਹ ਨਹੀਂ ਹੈ ਕਿ ਜੇ ਕਿਸੇ ਨੇ ਵੀ ਮਾੜੀ ਜਿਹੀ ਗੱਲ 'ਤੇ ਤੁਹਾਡੀ ਕੋਈ ਬੇਇੱਜ਼ਤੀ ਕਰ ਦਿੱਤੀ, ਤੁਹਾਡੀ ਈਗੋ ਹਰਟ ਹੋ ਗਈ, ਅਤੇ ਤੁਸੀਂ ਯਾਰ ਇਸ ਤਰ੍ਹਾਂ ਕਰੋ। ਬਹੁਤ ਬਹੁਤ ਹੀ ਬੁਰੀ ਮਿਸਾਲ ਗਈ ਹੈ ਦੁਨੀਆ 'ਚ ਵਿਵੇਕ ਬਿੰਦਰਾ ਜੀ, ਤੁਹਾਡੇ ਤੋਂ ਇਹ ਉਮੀਦ ਨਹੀਂ ਸੀ ਕੀਤੀ ਜਾ ਸਕਦੀ। ਇੰਨੀਆਂ ਧਾਰਮਿਕ, ਇੰਨੀਆਂ ਮੋਟੀਵੇਸ਼ਨਲ, ਇੰਨੀਆਂ ਬਿਜ਼ਨਸ ਦੀਆਂ ਗੱਲਾਂ ਕਰਨ ਵਾਲਾ ਬੰਦਾ, ਅਤੇ ਜੇ ਕਿਤੇ ਕੋਈ ਇਸ ਤਰ੍ਹਾਂ ਦੀ ਸਿਚੁਏਸ਼ਨ ਬਣੀ ਸੀ, ਤੁਸੀਂ ਬੀਬੀ ਦੇ ਘਰ ਫੋਨ ਕਰ ਸਕਦੇ ਸੋ, ਤੁਸੀਂ ਥਾਣੇ ਕੋਈ ਇਤਲਾਹ ਦੇ ਸਕਦੇ ਸੋ। ਅਤੇ ਦੱਸਿਆ ਤਾਂ ਇਹ ਜਾ ਰਿਹਾ ਕਿ ਤੁਸੀਂ ਆਪਣੀ ਮਾਂ ਨਾਲ 3 ਵਜੇ ਤੜਕੇ 3 ਵਜੇ ਕੋਈ ਉੱਚੀ ਆਵਾਜ਼ 'ਚ ਬਹਿਸ ਕਰ ਰਹੇ ਸੋ, ਬੀਬੀ ਨੇ ਰੋਕਣਾ ਚਾਹਿਆ ਅਤੇ ਉੱਥੋਂ ਉਹ ਵੀ ਸ਼ਿਕਾਰ ਹੋਈ ਆ। ਖੈਰ, ਦੂਜਾ ਪੱਖ ਆਉਣਾ ਬਾਕੀ ਆ, ਪਰ ਉਹ ਫੁਟੇਜ ਦੇ ਆਧਾਰ 'ਤੇ ਮੈਂ ਕਹਿੰਦਾ ਕਿ ਬਿੰਦਰਾ ਸਾਹਿਬ, ਇਹ ਮਿਸਾਲ ਠੀਕ ਨਹੀਂ ਹੈ ਤੁਹਾਡੀ ਵਾਇਸ 'ਤੇ। ਫਿਰ ਆਪਾਂ ਕੀ ਦੁਨੀਆ ਨੂੰ ਸਿਖਾਉਣਾ ਯਾਰ? ਮੇਰਾ ਮੰਨਣਾ ਕਿ ਚਲੋ ਕਿਸੇ ਵੇਲੇ ਔਰਤ ਗਲਤ ਹੋ ਸਕਦੀ ਹੈ, ਉਹ ਵੀ ਮਨੁੱਖ ਹੈ ਨਾ, ਜਿਵੇਂ ਆਪਣੇ ਤੋਂ ਗਲਤੀਆਂ ਹੁੰਦੀਆਂ, ਹੋ ਸਕਦਾ ਉਹਦੇ ਤੋਂ ਗਲਤੀ ਹੋ ਜਾਵੇ, ਪਰ ਇੰਨਾ ਕਿਸੇ ਨੂੰ ਕੁੱਟਣਾ ਮਾਰਨਾ ਕਿ ਕੰਨ ਦਾ ਪਰਦਾ ਫਟ ਜਾਵੇ, ਕੁੱਟਣਾ ਤਾਂ ਚਾਹੀਦਾ ਹੀ ਨਹੀਂ। ਇਹ ਵੀ ਨਹੀਂ ਹੈਗਾ ਕਿ ਔਰਤ ਫੜ ਕੇ ਵੇਲਣਾ ਅਤੇ ਬੰਦੇ ਦੇ ਗੁੱਟ ਤੋੜ ਦੇਵੇ ਜੇ ਉਹ ਨਹੀਂ ਬੋਲਦਾ ਅੱਗੋਂ। ਸੋ ਇਹ ਰਿਸ਼ਤਾ ਹੀ ਐਸਾ ਹੁੰਦਾ ਕਿ ਇਹਦੇ 'ਚ ਨੋਕ ਝੋਕ ਹੁੰਦੀ ਰਹਿੰਦੀ ਆ ਪਰਿਵਾਰਾਂ 'ਚ। ਜੇ ਕਿਸੇ ਵੇਲੇ ਕੋਈ ਇੱਕ ਜੀ ਹਾਈਪਰ ਹੋ ਗਿਆ, ਟੈਂਪਰ ਲੂਜ਼ ਕਰਦਾ ਹੈ, ਤਾਂ ਦੂਸਰੇ ਨੂੰ ਹੌਸਲਾ ਰੱਖਣਾ ਚਾਹੀਦਾ। ਉਹ ਵਕਤੀ ਹੁੰਦਾ, ਪਿਆਰ ਸੱਚਾ ਹੁੰਦਾ, ਇਹ ਜਿਹੜਾ ਗੁੱਸਾ, ਗਿਲਾ, ਸ਼ਿਕਵਾ, ਇਹ ਅਸੂਰ ਵਕਤੀ ਹੁੰਦਾ, ਆਉਂਦਾ ਅਤੇ ਇੱਕੋ ਝਟਕੇ 'ਚ ਗੁਜ਼ਰ ਜਾਂਦਾ। ਜੇ ਤੁਸੀਂ ਥੋੜ੍ਹਾ ਸੰਜਮ ਰੱਖੋਗੇ, ਦੂਸਰਾ ਜੀਵਨ ਸਾਥੀ ਜਿਵੇਂ ਰਿਲਾਈਜ਼ ਕਰੇਗਾ ਕਿ ਮੈਂ ਗਲਤ ਹਾਂ, ਤਾਂ ਪਿਆਰ ਨਾਲ ਮਾਫ਼ੀ ਮੰਗ ਲਏਗਾ। ਜੇ ਨਹੀਂ ਵੀ, ਮੈਂ ਤਾਂ ਆਪ ਹੀ ਮੰਗ ਲੈਂਦਾ ਨਾ ਯਾਰ, ਨੋਕ ਝੋਕ ਹੋਵੇ ਅਤੇ ਗਲਤ ਹੋਈ ਹੈ ਸਹੀ ਹੋਏ, ਕੀ ਫਰਕ ਪੈਂਦਾ ਯਾਰ, ਕੀ ਫਰਕ ਪੈਂਦਾ। ਸੋ ਬੜੀ ਗਲਤ ਮਿਸਾਲ ਗਈ, ਹਾਲਾਂਕਿ ਮੈਂ ਵੇਟ ਕਰਾਂਗਾ ਕਿ ਵਿਵੇਕ ਬਿੰਦਰਾ ਦਾ ਪੱਖ ਆਵੇ ਅਤੇ ਜ਼ਰੂਰ ਪਤਾ ਲੱਗੇ। ਬਿਲਕੁਲ ਅੰਮ੍ਰਿਤਪਾਲ ਸਿੰਘ ਜੀ, ਇਹ ਗੱਲ ਤੁਹਾਡੀ ਸਹੀ ਹੈ,
ਬਾਹਰ ਤਾਂ ਬੰਦੇ ਦੇ ਨਕਾਬ ਹੁੰਦੇ ਆ, ਅਸਲੀ ਬਿਲਕੁਲ ਅਸਲੀ ਉਹਦੀ ਜੋ ਔਕਾਤ ਹੁੰਦੀ ਹੈ ਨਾ ਉਹ ਘਰ 'ਚ ਹੀ ਪਤਾ ਲੱਗਦੀ ਹੈ। ਅਤੇ ਜੇ ਜਨਾਨੀ ਨੂੰ ਤੁਸੀਂ ਕੁੱਟੋ ਮਾਰੋ ਯਾਰ, ਅਤੇ ਮੈਂ ਤਾਂ ਕਹਿੰਦਾ ਕਿ ਫਿਰ ਤਾਂ ਤੁਸੀਂ ਚੁਰਾਹੇ ਚੌਂਕ 'ਚ ਖਲੋ ਕੇ ਵੀ ਗੱਲ ਨਹੀਂ ਜੇ ਕਰਨ ਜੋਗੇ ਹੋ ਗਏ ਹੈਗੇ, ਅਤੇ ਸਟੇਜਾਂ 'ਤੇ ਤਾਂ ਫਿਰ ਗੱਲ ਕਰਨੀ ਕੀ ਆ। ਖੈਰ ਇਹ ਗੱਲਾਂ ਬਾਤਾਂ ਹੈਗੀਆਂ ਨੇ। ਚਲੋ ਮੈਂ ਦੂਸਰੀ ਖਬਰ ਵੀ ਕਰ ਦਿੱਤੀ ਹੈ ਜੀ। ਹਾਂਜੀ, ਗਗਨ ਸਿੱਧੂ ਜੀ ਵਿਆਹ ਨੂੰ ਥੋੜ੍ਹੇ ਦਿਨ ਹੀ ਹੋਏ ਆ, ਥੋੜ੍ਹੇ ਦਿਨ ਹੀ ਹੋਇਆ ਜੀ। ਜੀ ਸੁਖਵਿੰਦਰ ਸਿੰਘ ਚੰਬਰ ਜੀ, ਪ੍ਰਣਾਮ ਸ਼ਹੀਦਾਂ ਨੂੰ। ਜਨਾਨੀ 'ਤੇ ਹੱਥ ਚੱਕਣ ਵਾਲਾ ਮਰਦ ਨਹੀਂ ਹੋ ਸਕਦਾ ਸਾਹਿਬ ਕਾਲੂ ਜੀ। ਕਾਨੂੰਨ ਔਰਤਾਂ ਦੀ ਕਾਫੀ ਫੇਵਰ ਕਰਦੇ ਹਨ, ਪਰ ਪੈਸੇ ਅਤੇ ਰੁਤਬੇ ਵਾਲੇ ਬੰਦਿਆਂ ਉੱਤੇ ਕੋਈ ਕਾਰਵਾਈ ਨਹੀਂ ਹੁੰਦੀ ਜੇ ਇਹ ਕੇਸਾਂ 'ਚ। ਧਰਮ ਸਿੰਘ ਜੀ, ਬਾਈ ਅਸੀਂ ਗਰੁੱਪ ਬਣਾਇਆ ਵਟਸਐਪ 'ਤੇ, ਸਾਰੇ ਹੀ ਮੈਂਬਰ ਇਸ ਚੈਨਲ ਤੋਂ ਨੇ। ਤੁਹਾਡੇ ਕਰਕੇ ਬਹੁਤ ਸੋਹਣੇ ਯਾਰ ਦੋਸਤ ਭਰਾ ਮਿਲੇ ਆ। ਮਲੂਕ ਸਾਹਿਬ, ਗਰਗ ਭਾਅ ਜੀ ਹੋਣੀ ਬਹੁਤ ਵਧੀਆ ਗੱਲਾਂ ਦੀਆਂ, ਕਿਆ ਬਾਤ ਹੈ ਜੀ। ਬਿਲਕੁਲ, ਆਹ ਚੀਜ਼ ਬੜੀ ਵਧੀਆ ਲੱਗੀ ਮੈਨੂੰ ਤੁਹਾਡੀ, ਬਹੁਤ ਵਧੀਆ ਗੱਲ ਲੱਗੀ ਕਿ ਜਿੱਥੇ ਤੁਹਾਡੇ ਹਮ ਖਿਆਲ ਤੁਹਾਨੂੰ ਮਿਲ ਜਾਣ ਨਾ, ਮੈਂ ਕਹਿੰਦਾ ਜ਼ਿੰਦਗੀ ਬਣ ਜਾਵੇਗੀ ਉੱਥੇ। ਚਾਹੇ ਉਹ ਕਿਸੇ ਮਹਿਫਲ 'ਚ ਮਿਲ ਜਾਣ, ਚਾਹੇ ਉਹ ਬੱਸ ਸਫ਼ਰ 'ਚ ਮਿਲ ਜਾਣ, ਚਾਹੇ ਟ੍ਰੇਨ ਦੇ ਸਫ਼ਰ 'ਚ ਮਿਲ ਜਾਣ, ਅਤੇ ਚਾਹੇ ਇਸ ਤਰ੍ਹਾਂ ਗੱਲਾਂ ਬਾਤਾਂ ਦੇ ਸਫ਼ਰ 'ਚ, ਇਹ ਯਾਰੀ ਸੰਭਾਲ ਕੇ ਰੱਖਿਓ ਸਾਰੇ ਜਾਣੇ। ਅਤੇ ਕੋਸ਼ਿਸ਼ ਕਰਿਆ ਕਰੋ ਮਹੀਨੇ ਛਮਾਈ ਕਿਤੇ ਇਕੱਠੇ ਹੋਵੋ, ਕਿਤੇ ਪ੍ਰੋਗਰਾਮ ਬਣਾਓ। ਬਹੁਤ ਵਧੀਆ ਗੱਲ ਹੈ, ਇਹਦੇ ਨਾਲ ਸਾਡਾ ਚੈਨਲ ਵੀ ਮਜ਼ਬੂਤ ਹੋਏਗਾ ਅਤੇ ਤੁਹਾਡੇ ਆਪਸ ਦੇ ਵਿੱਚ ਜਿਹੜੇ ਰਿਸ਼ਤੇ ਆ, ਅਤੇ ਵੇਖੋ ਤੁਹਾਡੇ ਨਾਂ ਵੀ ਕਿੰਨੇ ਸੋਹਣੇ ਮੈਨੂੰ ਲੱਗੇ, ਗਰਗ, ਮਲੂਕ। ਇਹਦਾ ਲੱਗਦਾ ਨਾ ਜਿਵੇਂ ਪੰਜਾਬੀਅਤ ਜਿਹੜੀ ਹੈ ਉਹ ਭਾਈ ਡੁੱਲ ਪੈਂਦੀ ਹੈ। ਸੋ ਪਰਮਾਤਮਾ ਕਰੇ ਤੁਸੀਂ ਇਸੇ ਤਰ੍ਹਾਂ ਹੱਸਦੇ ਵਸਦੇ ਰਹੋ। ਲਓ ਜੀ, ਜਸਵੀਰ ਸਿੰਘ ਨੂੰ ਵੀ ਐਡ ਕਰੋ ਭਰਾਵੋ, ਕਰੋ ਜੀ, ਕਰੋ ਐਡ ਜਸਵੀਰ ਸਿੰਘ ਜੀ ਨੂੰ, ਸਰਦਾਰ ਜਸਵੀਰ ਸਿੰਘ ਨੂੰ ਵੀ ਕਰੋ। ਰਿਵੈਲ ਕਹਿ ਰਹੇ ਆ ਕਿ ਇਹੋ ਜਿਹੇ ਲੋਕ ਬਾਹਰ ਗੱਲ ਨਹੀਂ ਕਰਨ ਜੋਗੇ ਹੁੰਦੇ, ਇਹਨਾਂ ਦਾ ਬਸ ਘਰ ਹੀ ਜ਼ੋਰ ਲੱਗਦਾ। ਇਹ ਤਾਂ ਵੈਸੇ ਬਾਹਰ ਵੀ ਬਹੁਤ ਗੱਲਾਂ ਕਰਦੇ ਆ। ਹਾਂਜੀ ਮਲੂਕ ਜੀ, ਤੁਸੀਂ ਤਾਂ ਭਰਾ ਹੋ ਸਾਡੇ। ਹਾਂਜੀ ਸਾਹਿਬ ਕਾਲੂ ਕਹਿ ਰਹੇ ਆ ਕਿ ਮੈਂ ਜਲੰਧਰ ਤੋਂ, ਇਹ ਸਾਰੇ ਬਠਿੰਡੇ ਵੱਲੋਂ। ਹਾਂਜੀ ਬਠਿੰਡੇ ਵੱਲੋਂ, ਨਹੀਂ ਨਹੀਂ ਬਠਿੰਡੇ ਵਾਲੇ ਬੰਦੇ ਬਹੁਤ ਵਧੀਆ ਹੁੰਦੇ ਆ, ਸਾਰੇ ਬੰਦੇ ਆਪਾਂ ਵਧੀਆ ਹੁੰਦੇ ਹਾਂ, ਪਰ ਥੋੜ੍ਹਾ ਆਪੋ ਆਪਣੇ ਇਲਾਕੇ ਦਾ ਨਾ ਜਿਵੇਂ ਕਹਿ ਲਈਏ ਖਾਸਾ ਹੁੰਦਾ। ਇੱਧਰੋਂ ਵੀ ਖੁੱਲ੍ਹ ਦਿਲੇ ਬੰਦੇ ਹੀ ਆ। ਜਿਹੜਾ ਬੰਦਾ ਆਪਣੇ ਅਪਮਾਨ ਨੂੰ ਆਪਣੀ ਤਾਕਤ ਬਣਾਉਣਾ ਸਿੱਖ ਗਿਆ, ਉਹ ਕਦੇ ਫੇਲ ਨਹੀਂ ਹੁੰਦਾ। ਸੋਨੂੰ ਚਾਚੀ ਬਹੁਤ ਬਿਹਤਰੀਨ, ਅੱਜ ਦੇ ਦਿਨ ਦੀ ਬੈਸਟ ਗੱਲ ਹੈ ਜੀ ਸੋਨੂੰ ਚਾਚੀ ਦੀ। ਮੈਂ ਇਸ ਗੱਲ ਵਾਸਤੇ ਇਹਨਾਂ ਨੂੰ ਸਲਾਮ ਕਰਾਂਗਾ। ਬਿਲਕੁਲ ਮੈਂ ਆਹੀ ਗੱਲ ਕਹਿਣੀ ਚਾਹੁੰਦਾ ਸੀਗਾ ਕਿ ਜਦੋਂ ਤੁਸੀਂ ਥੋੜ੍ਹੇ ਲੀਹ 'ਤੇ ਪੈਂਦੇ ਹੋ ਨਾ, ਦੁਨੀਆ ਤੁਹਾਨੂੰ ਅਪਮਾਨਿਤ ਕਰਕੇ, ਬੇਇੱਜ਼ਤ ਕਰਕੇ, ਜ਼ਲੀਲ ਕਰਕੇ, ਤੁਹਾਨੂੰ ਭਟਕਾ ਕੇ ਉਹ ਮੋੜਾ ਦੇਣਾ ਚਾਹੁੰਦੀ ਹੈ। ਅਤੇ ਜੇ ਇਸ ਚੀਜ਼ ਨੂੰ ਤੁਸੀਂ ਗੰਢ ਬਣਾ ਲਈ ਨਾ, ਬਿਲਕੁਲ ਆਹ ਹੈ ਜੀਵਨ ਦਾ, ਕਹਿ ਲਓ ਕਿ ਅੱਜ ਦੇ ਆਪਣੇ ਸਾਰੇ ਪ੍ਰੋਗਰਾਮ ਦਾ ਨਿਚੋੜ ਜੋ ਝੱਜ ਸਾਹਿਬ ਨੇ ਕੱਢਿਆ, ਬਈ ਬਿਲਕੁਲ ਇਹ ਚੀਜ਼ਾਂ ਤੁਹਾਨੂੰ ਮਜ਼ਬੂਤ ਬਣਾਉਂਦੀਆਂ। ਅਤੇ ਜੇ ਤੁਸੀਂ ਇਹਨਾਂ ਘੁੱਟਾਂ ਨੂੰ ਘੁੱਟੀ ਬਣਾ ਲਿਆ ਨਾ, ਇਹਨਾਂ ਘੁੱਟਾਂ ਨੂੰ ਘੁੱਟੀ ਦਵਾਈ, ਤਾਂ ਬਸ ਗੱਲ ਬਣ ਜਾਏਗੀ। ਅੰਮ੍ਰਿਤਪਾਲ ਸਿੰਘ ਜੀ ਕਹਿੰਦੇ ਆ ਕਿ ਖਬਰਸਾਰ ਪ੍ਰੋਗਰਾਮ ਨੂੰ ਇੱਕ ਸੱਥ ਦੀ ਤਰ੍ਹਾਂ ਇੰਜੋਏ ਕਰਦੇ ਆ ਸਭਰਾ। ਬਿਲਕੁਲ ਇਹੀ ਖਾਸੀਅਤ ਹੈ ਆਪਣੀ। ਕੁਛ ਲੋਕ ਗੱਲਾਂ ਕਰਦੇ ਸੀ, ਇਹ 6 ਮਹੀਨੇ ਨਹੀਂ ਚੈਨਲ ਚੱਲਣਾ, 4 ਮਹੀਨੇ ਨਹੀਂ ਚੱਲਣਾ, ਇਕੱਲਾ ਬੰਦਾ ਕੀ ਕਰ ਲਉ, ਵੋ ਹੈ ਜੋ ਹੈ। ਪਰ ਮੈਂ ਇਕੱਲਾ ਨਹੀਂ, ਮੇਰੇ ਨਾਲ ਟੀਮ ਸੀਗੀ, ਅਤੇ ਸਭ ਤੋਂ ਵੱਡਾ ਮੈਨੂੰ ਮਾਣ ਸੀਗਾ ਕਿ ਮੈਨੂੰ ਇਸ ਤਰ੍ਹਾਂ ਦਾ ਪਰਿਵਾਰ ਮਿਲ ਜਾਣਾ। ਸੋ ਹੁਣ ਕਦੇ ਪਰਵਾਹ ਹੀ ਨਹੀਂ ਕਰੀ ਦੀ, ਚਲੋ ਮੰਦੇ ਚੰਗੇ ਤਾਂ ਆਉਂਦੇ ਆ। ਸਿੰਘ ਗਿੱਲ ਜੀ, ਤੁਹਾਨੂੰ ਮਿਲਣ ਜ਼ਰੂਰ ਆਉਣਾ, ਨਾਲੇ ਮੁਕਤਸਰ ਮੱਥਾ ਟੇਕ ਕੇ ਜਾਵਾਂਗੇ। ਹਾਂਜੀ ਬਸ ਕੋਸ਼ਿਸ਼ ਕਰਿਆ ਕਰੋ। ਇੱਕ ਤਾਂ ਸਰ ਮੈਂ ਬੜੇ ਫੋਨ ਆਉਂਦੇ ਆ, ਪਰ ਜਦੋਂ ਮੈਂ ਕੰਮ 'ਤੇ ਹੋਵਾਂ ਫਿਰ ਮੈਂ ਕੰਮ ਨਾਲ ਕੰਪਰੋਮਾਈਜ਼ਡ ਨਹੀਂ ਹੋ ਸਕਦਾ। ਬੇਨਤੀ ਹੈ ਕਿ ਜਦੋਂ ਵੀ ਆਉਣਾ, ਇੱਕ ਵਰਕਿੰਗ ਡੇਜ਼ 'ਚ ਆਉਣਾ ਤਾਂ 12-1 ਵਜੇ ਤੋਂ ਪਹਿਲਾਂ ਕੋਸ਼ਿਸ਼ ਕਰੋ, ਅਤੇ ਉੱਥੇ ਹੀ ਸਟੂਡੀਓ 'ਚ ਭਾਵੇਂ ਆ ਜਾਓ। ਅਤੇ ਜੇ ਮਤਲਬ ਵੀਕਐਂਡ 'ਤੇ ਆਉਣਾ ਤਾਂ ਫਿਰ ਸ਼ਨੀ ਐਤਵਾਰ ਜਦੋਂ ਮਰਜ਼ੀ ਆ ਜਾਓ, ਫਿਰ ਤੁਹਾਨੂੰ ਪਿੰਡ ਆਉਣਾ ਪਏਗਾ, ਕੋਈ ਗੱਲ ਨਹੀਂ। ਮੁਕੱਦਰ ਸਿੰਘ ਔਲਖ ਜੀ, ਅਸੀਂ ਕੀਤੀ ਹੈ ਭਲਵਾਨਾਂ ਦੀ, ਹੁਣ ਵੀ ਗੱਲ ਕਰਕੇ ਹਟੇ ਹਾਂ ਜੀ। ਬਹੁਤ ਵਧੀਆ ਸ਼ੋਅ ਹੁੰਦਾ ਵੀਰੇ, ਗੁੱਡ ਜੋਬ, ਕੀਪ ਇਟ ਅਪ ਬ੍ਰਦਰ, ਗੋਡ ਬਲੈਸ ਯੂ। ਲੱਕੀ ਜੀ ਧੰਨਵਾਦ ਤੁਹਾਡਾ। ਕੀ ਫਰਕ ਪੈਂਦਾ, ਜੁਜਾਰ ਆਰਟਸ ਜੀ ਕਹਿ ਰਹੇ ਆ, ਮੈਨੂੰ ਲੱਗਦਾ ਕਿਸੇ ਕਮੈਂਟ ਦਾ ਜਵਾਬ ਦੇ ਰਿਹਾ।
ਰਜਿੰਦਰ ਸਿੰਘ ਜੀ ਧੰਨਵਾਦ। ਤੋ ਖੈਰ ਆਪਾਂ ਮੈਨੂੰ ਲੱਗਦਾ ਕਿ ਹੁਣ ਵਿਛੜੀਏ ਜੀ ਸੋਮਵਾਰ ਵਾਸਤੇ, ਸੋਮਵਾਰ ਤੱਕ ਆਪਾਂ ਲਈਏ ਇਜਾਜ਼ਤਾਂ, ਅਤੇ ਜਿਹੜੇ ਨਵੇਂ ਕੋਈ ਆਏ ਹੋਣ ਭੈਣ ਭਰਾ ਉਹਨਾਂ ਦੀ ਜਾਣਕਾਰੀ ਵਾਸਤੇ ਦੱਸ ਦਈਏ ਕਿ ਇਸੇ ਤਰ੍ਹਾਂ ਸਾਡਾ ਖਬਰਸਾਰ ਪ੍ਰੋਗਰਾਮ ਜਿਹੜਾ ਹੈ ਉਹ 3:30 ਤੋਂ 4:30 ਤੱਕ, ਸੋਮਵਾਰ ਤੋਂ ਸ਼ੁੱਕਰਵਾਰ ਪੰਜਾਬ ਦੇ ਸਮੇਂ ਅਨੁਸਾਰ 3:30 ਤੋਂ 4:30, ਸਵੇਰ ਵਾਲੇ ਨਹੀਂ ਇਹ ਦੁਪਹਿਰ ਵਾਲੇ, ਤਾਂ ਜ਼ਰੂਰ ਜੁੜਿਆ ਕਰੋ। ਮੇਰਾ ਭਰਾ ASI ਆ, ਬਾਹਰ ਕਿਸੇ ਨੂੰ ਕੁਝ ਕਹਿੰਦਾ ਨਹੀਂ, ਹਰ ਰੋਜ਼ ਦਾਰੂ ਪੀ ਕੇ ਮੈਨੂੰ ਗਾਲਾਂ ਕੱਢਦਾ, ਤੁਹਾਨੂੰ ਮੈਂ ਰਿਕਾਰਡਿੰਗ ਭੇਜਾਂਗੇ, ਸੁਣਨਾ ਬਾਈ ਕੌਣ ਗਲਤ ਹੈ। ਉਹ ਕੋਈ ਗੱਲ ਨਹੀਂ ਮਲੂਕ ਜੀ, ਕੋਈ ਨਹੀਂ, ਭਰਾ ਤਾਂ ਹੈ ਨਾ, ਕੋਈ ਗੱਲ ਨਹੀਂ, ਮੰਦੇ ਹੋਣ ਚੰਗੇ ਹੋਣ, ਭਰਾ ਹੁੰਦੇ ਆ, ਕਿਤੇ ਮਿਲੇ ਆਪਾਂ ਤੁਹਾਨੂੰ ਮੈਂ ਵੀ ਦੁੱਖ ਦੱਸਾਂਗਾ, ਕੋਈ ਗੱਲ ਨਹੀਂ ਹੈ, ਉਹ ਕੋਈ ਚੱਕਰ ਨਹੀਂ ਹੈਗਾ। ਸ਼ੇਰਪ੍ਰੀਤ ਜੀ ਕਹਿ ਰਹੇ ਆ ਕਿ ਜੰਮੂ ਵਿੱਚ ਡਿਊਟੀ 'ਤੇ ਤੁਹਾਡਾ ਪ੍ਰੋਗਰਾਮ ਡੇਲੀ ਦੇਖਦੇ ਜੀ। ਮੈਨੂੰ ਲੱਗਦਾ ਸ਼ੇਰਪ੍ਰੀਤ ਜੀ ਆਰਮੀ 'ਚ ਹੋਣਗੇ, ਮੇਰੇ ਆਪਣੇ ਬਹੁਤ ਸਾਰੇ ਆਰਮੀ 'ਚ ਹੈ ਜੀ, ਭਾਣਜੇ ਤੋਂ ਲੈ ਕੇ ਭਤੀਜੇ ਤੋਂ ਲੈ ਕੇ ਭਰਾਵਾਂ ਤੱਕ ਬਹੁਤ ਸਾਰੇ ਆਰਮੀ ਮੈਨ ਆ।